ਸਾਹਿਬ ਤੋਂ ਆਪ ਕੈਂਡੀਡੇਟ ਆ, ਮੈਨੂੰ ਕਿਸੇ ਹੋਰ ਦੀ ਲੋੜ ਨਹੀਂ। ਔਰ ਵਿਰਸਾ ਸਿੰਘ ਬਲਟੋਆ ਹੁਣੇ ਤਾਂ ਹੁਣ ਸਵਾਲ ਚੁੱਕਣ ਲੱਗੇ ਨਾ ਇਲੈਕਸ਼ਨ ਦੇ ਵਿੱਚ। ਤੁਸੀਂ ਜਾਣਦੇ ਹੋ ਕਿ ਮੈਂ ਜਿੱਦਣ ਦਾ ਅੰਮ੍ਰਿਤਪਾਲ ਇੱਥੇ ਲੈਣ ਕੀਤਾ ਮੈਂ ਉਸ ਤੋਂ ਪਹਿਲਾਂ ਦੇ ਸਵਾਲ ਚੁੱਕ ਰਿਹਾ ਔਰ ਲਗਾਤਾਰ ਚੁੱਕ ਰਿਹਾ। ਹਾਂ ਇਹ ਹੈ ਕਿ ਕਈ ਵਾਰ ਇਹ ਹੋ ਜਾਂਦਾ ਕਿ ਵੱਡੇ ਲੈਵਲ 'ਤੇ ਨਹੀਂ ਚੁੱਕੇ, ਜਿੱਦਾਂ ਮੈਂ ਅੱਜ ਤੁਹਾਨੂੰ ਇਨਵਾਈਟ ਕੀਤਾ, ਤੁਸੀਂ ਇਹ ਇਹਨਾਂ ਸਵਾਲਾਂ ਨੂੰ ਵੱਡੇ ਲੈਵਲ 'ਤੇ ਲੈ ਕੇ ਜਾਓਗੇ। ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨੇ, ਜੇ ਇਹ ਰਾਜਦੇਵ ਸਿੰਘ ਖਾਲਸਾ ਆਰ ਐੱਸ ਐੱਸ ਦੇ ਨਾਲ ਜੁੜਦੇ ਨੇ ਤਾਂ ਉਹ ਪਿੰਡਾਂ 'ਚ ਜਿਹੜੇ ਸਾਡੇ ਭਰਾ ਬੈਠੇ ਨੇ ਨਾ, ਜਿਹੜੇ ਸਿਰ ਦੇਣ ਦੀ ਗੱਲ ਕਰਦੇ ਨੇ ਅਤੇ ਜਿਹੜੇ ਸਟੇਟ ਦੇ ਨਾਲ ਟੱਕਰ ਲੈਣ ਦੀ ਹਿੰਮਤ ਰੱਖਦੇ ਨੇ, ਉਹ ਭਰਾ ਸਾਡੇ, ਜੇ ਉਹਨਾਂ ਦਾ ਖੂਨ ਇਸ ਧਰਤੀ 'ਤੇ ਡੁੱਲਣਾ ਹੀ ਆ ਤਾਂ ਕੀ ਇਹਨਾਂ ਆਰ ਐੱਸ ਐੱਸ ਦੇ ਨੁਮਾਇੰਦਿਆਂ ਦੇ ਥਰੂ ਡੁੱਲੇਗਾ? ਕੀ ਇਹ ਆਰ ਐੱਸ ਐੱਸ ਦੇ ਨੁਮਾਇੰਦੇ ਸਾਡੇ ਭਰਾਵਾਂ ਨੂੰ ਸਟੇਟ ਦੇ ਨਾਲ ਲੜਵਾ ਕੇ ਅਤੇ ਆਪ ਐੱਮ ਪੀ ਲੜਨਗੇ? ਮੈਂ ਇਸ ਲਈ ਆਇਆ ਜੀ, ਮੈਨੂੰ ਕਿਸੇ ਪਾਰਟੀ ਦੇ ਫੰਡ ਦੀ ਲੋੜ ਨਹੀਂ ਹੈ। ਤੁਹਾਡੀ ਅੱਜ ਤੱਕ ਅੰਮ੍ਰਿਤਪਾਲ ਸਿੰਘ ਦੇ ਅੰਮ੍ਰਿਤਪਾਲ ਸਿੰਘ ਦੇ ਨਾਲ ਸ਼ਾਇਦ ਤੁਹਾਨੂੰ ਯਾਦ ਹੋਵੇ, ਇੱਕ ਮੇਰੀ ਆਡੀਓ ਜਿਹੜੀ ਹੈਗੀ ਉਹ ਬਹੁਤ ਵਾਇਰਲ ਹੋਈ ਸੀ, ਜਿਹਦੇ 'ਚ ਅੰਮ੍ਰਿਤਪਾਲ ਸਿੰਘ ਮੈਨੂੰ ਆਪ ਗਾਲਾਂ ਕੱਢਦਾ। ਫੋਨ ਕਾਲ ਹੈਗੀ ਉਹ ਬਹੁਤ ਵਾਇਰਲ ਹੋਈ, ਕਦੋਂ ਦੀ? ਉਹ ਹੈਗੀ ਆ ਜੀ 10 ਜੁਲਾਈ 2022 ਦੀ, ਠੀਕ ਹੈ ਜੀ। ਅੰਮ੍ਰਿਤਪਾਲ ਸਿੰਘ ਦੇ ਨਾਲ ਮੇਰੀ ਉਦੋਂ ਗੱਲ ਹੋਈ ਅਤੇ ਜਿਹੜੀ ਅੰਮ੍ਰਿਤਸਰ ਮੈਂ ਪਹਿਲੀ ਪ੍ਰੈਸ ਕਾਨਫਰੰਸ ਰੱਖੀ ਸੀ, ਜਿਹੜੇ ਸਾਰੇ ਮਿੱਤਰ ਜਾਣਦੇ ਹੋ ਕਿ ਮੈਂ ਸਵਾਲ ਚੁੱਕਿਆ ਸੀ ਕਿ ਦੀਪ ਸਿੱਧੂ ਨੇ ਤੈਨੂੰ ਮੋਬਾਈਲ ਤੋਂ ਕਿਉਂ ਬਲੌਕ ਕੀਤਾ। ਉਸ ਤੋਂ ਬਾਅਦ ਵੀ ਅੰਮ੍ਰਿਤਪਾਲ ਸਿੰਘ ਨੇ ਮੈਨੂੰ ਬਹੁਤ ਸਾਰੀਆਂ ਜਗ੍ਹਾ ਤੋਂ ਅਪਰੋਚ ਕੀਤਾ ਕਿ ਆਓ ਬਹਿ ਜਾਓ ਇੱਥੇ ਬੰਦ ਕਮਰਾ ਮੀਟਿੰਗ ਕਰ ਲੈਂਦੇ ਹਾਂ। ਮੈਂ ਉਦੋਂ ਵੀ ਕਿਹਾ ਸੀ ਕਿ ਮੀਡੀਆ ਦੇ ਸਾਹਮਣੇ ਆਓ, ਬੈਠੋ, ਮੀਡੀਆ ਦੇ ਸਾਹਮਣੇ ਸਵਾਲ ਕਰੋ ਅਤੇ ਮੀਡੀਆ ਦੇ ਸਾਹਮਣੇ ਜਵਾਬ ਦੇਈਏ, ਲੋਕਾਂ ਨੂੰ ਸੱਚ ਦਾ ਪਤਾ ਲੱਗੇ। ਬੰਦ ਕਮਰੇ ਮੀਟਿੰਗ ਦਾ ਮੇਰਾ ਕੋਈ ਮਕਸਦ ਨਹੀਂ ਆ, ਮੇਰਾ ਮਕਸਦ ਸਿਰਫ ਇੰਨਾ ਆ ਕਿ ਜਿਹੜਾ ਸਾਡਾ ਭਰਾ ਜਿਹੜਾ ਪਿੰਡਾਂ 'ਚ ਬੈਠੇ ਆ, ਜਿਹੜਾ ਸਰਕਾਰ ਦੇ ਖਿਲਾਫ ਆਪਣੇ ਦਿਲ 'ਚ ਇੱਕ ਰੋਹ ਰੱਖਦਾ ਆ, ਇੱਕ ਨਾਰਾਜ਼ਗੀ ਰੱਖਦਾ ਆ, ਕਿਤੇ ਇਹ ਨਾ ਹੋਵੇ ਕਿ ਆਰ ਐੱਸ ਐੱਸ ਦੇ ਨੁਮਾਇੰਦੇ ਜਿਹੜੇ ਇਹ ਸਰਕਾਰੀ ਏਜੰਟ ਨੇ ਇਹ ਉਹਨਾਂ ਨੂੰ ਸਰਕਾਰ ਨਾਲ ਲੜਾ ਕੇ ਅਤੇ ਸਾਡੇ ਭਰਾਵਾਂ ਦਾ ਖੂਨ ਇਸ ਧਰਤੀ 'ਤੇ ਡੋਲਦੇ ਫਿਰਨ। ਸਾਨੂੰ ਲੋੜ ਆ ਆਪਣੇ ਭਰਾਵਾਂ ਨੂੰ ਐਜੂਕੇਟ ਕਰਕੇ। ਜਿਹੜਾ ਦੀਪ ਸਿੱਧੂ ਦਾ ਸੁਪਨਾ ਸੀਗਾ ਜੀ, ਦੀਪ ਸਿੱਧੂ ਦਾ ਸੁਪਨਾ ਸੀਗਾ ਕਿ ਸਾਡੇ ਜਿੰਨੇ ਨੌਜਵਾਨ ਨੇ ਐਜੂਕੇਟ ਹੋਣ, ਆਈ ਪੀ ਐੱਸ ਆਈ ਐੱਸ ਬਣਨ, ਉਹਨਾਂ ਕੁਰਸੀਆਂ 'ਤੇ ਬੈਠਣ ਜਿੱਥੋਂ ਦੀ ਪੋਲਿਸੀਜ਼ ਬਣਨੀਆਂ ਨੇ, ਇਹ ਰਾਜਨੀਤੀ ਦੇ ਵਿੱਚ ਆਉਣ, ਉਹਨਾਂ ਕੁਰਸੀਆਂ 'ਤੇ ਬੈਠਣ ਅਤੇ ਅਸੀਂ ਆਪਣੀਆਂ ਪ੍ਰੋਬਲਮਸ ਦਾ ਹੱਲ ਆਪ ਕਰੀਏ। ਅੰਮ੍ਰਿਤਪਾਲ ਸਿੰਘ ਪਿਛਲੇ 1.5 ਸਾਲ ਤੋਂ ਉਹ ਸਾਰੇ ਸੰਘਰਸ਼ ਦੀ ਗੱਲ ਕਰ ਰਿਹਾ। ਕੀ ਉਹਨੇ ਦੀਪ ਸਿੱਧੂ ਦੇ ਕਿਸੇ ਵੀ ਇੱਕ ਪਲਾਨ 'ਤੇ, ਪੰਜ ਪ੍ਰਧਾਨੀ ਦਾ ਪਲਾਨ ਸੀ ਦੀਪ ਸਿੱਧੂ ਦਾ, ਪਿੰਡਾਂ ਪਿੰਡਾਂ ਦੇ ਵਿੱਚ ਆਪਣੇ ਮੀਡੀਆ ਆਧਾਰੇ ਕੰਮ ਕਰਨ ਦਾ ਪਲਾਨ ਸੀਗਾ, ਆਈ ਪੀ ਐੱਸ ਆਈ ਐੱਸ ਆਈ ਐੱਸ ਟ੍ਰੇਨਿੰਗ ਸੈਂਟਰ ਖੋਲ੍ਹਣ ਦਾ ਉਹਦਾ ਪਲਾਨ ਸੀਗਾ, ਕਿਸਾਨੀ ਨੂੰ ਸਿੱਧਾ ਲੋਕਾਂ ਦੇ ਨਾਲ ਜੋੜਨ ਦਾ, ਵਿੱਚੋਂ ਮਿਡਲਮੈਨ ਕੱਢ ਕੇ ਅਤੇ ਆਪਣਾ ਇੱਕ ਡਾਇਰੈਕਟ ਚੈਨਲ ਬਣਾਉਣ ਦਾ ਉਹਦਾ ਪ੍ਰੋਗਰਾਮ ਸੀ ਕਿ ਲੋਕਾਂ ਦੇ ਕਿਸਾਨਾਂ ਦੇ ਖੇਤਾਂ ਤੋਂ ਪ੍ਰੋਡਕਟ ਸਿੱਧਾ ਸਾਡੇ ਘਰਾਂ ਤੱਕ ਪਹੁੰਚੇ। 2 ਰੁਪਏ ਦਾ ਟਮਾਟਰ ਕਿਸਾਨ ਵੇਚ ਰਿਹਾ ਖੇਤ ਦੇ ਵਿੱਚ ਅਤੇ ਸਾਡੇ ਦਾ ਕੋਈ ਟਮਾਟਰ 40 ਰੁਪਏ ਦਾ ਆਉਂਦਾ ਹੈ। ਦੀਪ ਸਿੱਧੂ ਦਾ ਪਲਾਨ ਸੀ ਕਿ ਕਿਸਾਨ ਅਤੇ ਕੰਜ਼ਿਊਮਰ ਨੂੰ ਆਪਸ 'ਚ ਡਾਇਰੈਕਟ ਜੋੜੀਏ। ਇਹ 4 ਪਲਾਨ ਦੀਪ ਸਿੱਧੂ ਦੇ ਆਲਰੇਡੀ ਪਾਈਪਲਾਈਨ ਦੇ ਵਿੱਚ ਸੀਗੇ। ਕੀ ਅੰਮ੍ਰਿਤਪਾਲ ਨੇ ਪਿਛਲੇ 1 ਸਾਲ 'ਚ ਇਸ ਦੇ ਉੱਤੇ ਕੋਈ ਗੱਲ ਕੀਤੀ ਜਾਂ ਸਿਰਫ ਔਰ ਸਿਰਫ ਹਥਿਆਰਬੰਦ ਸੰਘਰਸ਼ ਦੀ ਗੱਲ ਕਰਕੇ ਮੁੰਡਿਆਂ ਨੂੰ ਜੇਲ੍ਹਾਂ ਦੇ ਵਿੱਚ ਡਗਾ ਕੇ ਅਤੇ ਆਪ ਉੱਥੇ ਜਿਹੜੀ ਹੈਗੀ ਆ ਰਾਜਨੀਤਿਕ ਜਿਹੜੀ ਕੈਦ ਹੈਗੀ ਆ ਉਹ ਕੱਟ ਰਿਹਾ? ਇਹ ਮੀਡੀਆ 'ਚ ਦੱਸ ਨਹੀਂ ਸਕਦਾ। ਮੈਂ ਸ਼ੁਰੂਆਤ ਕੀਤੀ ਸੀ ਕਿ ਅੰਮ੍ਰਿਤਪਾਲ ਦੇ ਸਿੱਖ ਅਤੇ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ, ਜਿਹੜੇ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਨੇ ਉਹ ਪਰਾਈ ਭੈਣ ਨੂੰ ਭੈਣ ਸਮਝਦੇ ਨੇ, ਪਰਾਈ ਧੀ ਨੂੰ ਧੀ ਸਮਝਦੇ ਨੇ, ਜਿਹੜੇ ਅੰਮ੍ਰਿਤਪਾਲ ਦੇ ਸਿੱਖ ਨੇ। ਮੈਂ ਦੂਜੇ ਪਾਸੇ ਆ ਜਾਵਾਂ, ਇਹਨਾਂ ਦੀਆਂ ਜਿਹੜੀਆਂ ਧਮਕੀਆਂ ਨੇ ਮੈਂ ਤੁਹਾਨੂੰ ਮੀਡੀਆ 'ਚ ਸੁਣਾ ਨਹੀਂ ਸਕਦਾ। ਮੇਰੀ ਗੁੜੀਆ 5 ਸਾਲ ਦੀ ਆ ਜੀ, ਇਹ ਮੈਨੂੰ ਚੁੱਪ ਕਰਾਉਣ ਵਾਸਤੇ ਮੇਰੀ ਗੁੜੀਆ ਦੇ ਸਕੂਲ ਤੱਕ ਪਹੁੰਚੇ, ਰੇਕੀ ਕੀਤੀ, ਮੈਂ ਕੰਪਲੇਂਟ ਦਿੱਤੀ, 2 ਸਾਲ ਹੋ ਗਏ ਨੇ, ਉਹ ਵੀ ਗੱਲ ਕਰ ਲਈਏ। ਮੈਂ ਕੰਪਲੇਂਟ ਦਿੱਤੀ ਆ ਕਿ ਮੇਰੇ ਬੱਚੇ ਦੇ ਸਕੂਲ ਤੱਕ ਪਹੁੰਚੇ ਨੇ, ਮੈਨੂੰ ਧਮਕਾਉਂਦੇ ਨੇ। 10/4/2022 ਨੂੰ ਮੈਂ ਕੰਪਲੇਂਟ ਦਿੰਦਾ, ਪੋਸਕੋ ਐਕਟ ਬਣਨਾ ਸੀ ਉਸ ਕੰਪਲੇਂਟ ਦੇ ਅੰਦਰ, ਉਹ ਕੰਪਲੇਂਟ ਅੱਜ ਤੱਕ FIR ਦੇ ਵਿੱਚ ਤਬਦੀਲ ਨਹੀਂ ਹੋਈ। ਅੰਮ੍ਰਿਤਪਾਲ ਸਿੰਘ ਐਸਾ ਕਿਹੜਾ ਲਾਡਲਾ ਆ
ਜਾਂ ਸਟੇਟ ਨੂੰ ਐਸਾ ਕਿਉਂ ਸ਼ੈਲਟਰ ਦੇ ਰਹੀ ਆ ਕਿ ਮੇਰੀ ਕੰਪਲੇਂਟ ਅੱਜ ਤੱਕ ਜਿਹੜੀ ਹੈਗੀ ਆ ਉਹ ਐਫ ਆਈ ਆਰ ਦੇ ਵਿੱਚ ਹੀ ਤਬਦੀਲ ਨਹੀਂ ਹੋਈ ਅਤੇ ਜਿਹੜੀ ਇਹਦੀ ਇਹਦੇ ਜਿਹੜੇ ਅੰਮ੍ਰਿਤਪਾਲ ਦੇ ਸਿੱਖ ਨੇ ਉਹ ਇੱਥੇ ਤੱਕ ਆਏ ਨੇ, ਮੇਰੇ ਕੋਲ ਆਡੀਓ ਹੈਗੀ ਹੈ ਨੈਕਸਟ ਪ੍ਰੈਸ ਕਾਨਫਰੰਸ ਦੇ ਵਿੱਚ, ਜਿਹੜੀ ਥਰਡ ਪ੍ਰੈਸ ਕਾਨਫਰੰਸ ਮੈਂ ਕਰਾਂਗਾ ਉਹ ਸਪੈਸ਼ਲੀ ਡੈਡੀਕੇਟਡ ਹੋਏਗੀ ਕਿ ਇਹਦੇ ਜਿਹੜੇ ਸਿੱਖ ਨੇ ਅੰਮ੍ਰਿਤਪਾਲ ਦੇ ਉਹਨਾਂ ਦਾ ਕਿਰਦਾਰ ਕੀ ਆ। ਮੈਂ ਛੋਟਾ ਜਿਹਾ ਬਰੀਫ ਕਰ ਦੇਵਾਂ, ਇਹਨਾਂ ਨੇ ਮੈਨੂੰ ਇੱਥੇ ਤੱਕ ਧਮਕਾਇਆ ਕਿ ਤੇਰੀ ਗੁੜੀਆ ਦੇ ਨਾਲ ਤੇਰੀ ਬੱਚੀ ਦੇ ਨਾਲ ਬਲਾਤਕਾਰ ਕਰਾਂਗੇ, ਜਿਹੜਾ ਕਿ ਮੈਂ ਆਡੀਓ ਪੇਸ਼ ਕਰਾਂਗਾ ਤੀਸਰੀ ਪ੍ਰੈਸ ਕਾਨਫਰੰਸ ਦੇ ਵਿੱਚ। ਮੈਨੂੰ ਇਹਨਾਂ ਨੇ ਇਹ ਤੱਕ ਕਿਹਾ ਕਿ ਜੇ ਤੂੰ ਬੋਲਣਾ ਨਾ ਹਟਿਆ ਤਾਂ ਤੈਨੂੰ ਤਾਂ ਮਾਰਾਂਗੇ ਮਾਰਾਂਗੇ, ਤੇਰੇ ਪਰਿਵਾਰ ਨੂੰ, ਤੇਰੀ ਮਾਂ ਨੂੰ, ਤੇਰੇ ਭਰਾ ਨੂੰ, ਤੇਰੀ ਘਰਵਾਲੀ ਨੂੰ ਮਾਰਾਂਗੇ, ਤੇਰੇ ਘਰ 'ਚੋਂ ਲਫ਼ਜ਼ ਸਾਲਾ ਵਰਤਨੇ ਨੇ ਅਤੇ ਤੇਰੇ ਘਰ 'ਚੋਂ ਕੋਈ ਸਾਲਾ ਇਨਸਾਫ ਮੰਗਣ ਜੋਗਾ ਜੀਵਾਂ ਨਹੀਂ ਛੱਡਾਂਗੇ। ਬਾਈ ਜੀ, ਚੰਡੀਗੜ੍ਹ ਆਉਣ ਦੀ ਜ਼ਰੂਰਤ ਕਿਉਂ ਪੈ ਗਈ, ਤੁਸੀਂ ਆਪਣੇ ਹੀ ਇਲਾਕੇ ਦੇ ਵਿੱਚ ਕਿਉਂ ਨਹੀਂ? ਮੈਂ ਚੰਡੀਗੜ੍ਹ ਤੋਂ ਹੀ ਹਾਂ, ਮੈਂ ਸ਼ੁਰੂ ਤੋਂ ਇੱਥੇ ਕੰਮ ਕਰਦਾ ਰਿਹਾ, ਮੈਂ ਉੱਥੇ ਗਿਆ ਹਾਂ ਲੜਨ ਵਾਸਤੇ ਕਿਉਂਕਿ ਅੰਮ੍ਰਿਤਪਾਲ ਸਿੰਘ ਉੱਥੇ ਲੜ ਰਿਹਾ। ਜੇ ਇੱਕ ਧਰਮ ਦਾ ਮੁਖੌਟਾ ਪਾ ਕੇ ਇਹ ਲੋਕਾਂ ਦੇ ਸਾਹਮਣੇ ਵਿਚਰਦਾ ਆ ਕਿ ਮੈਂ ਜੀ ਅੰਮ੍ਰਿਤ ਛਕਾਉਂਦਾ, ਕਿਹੜੀ ਏਜੰਸੀ ਅੰਮ੍ਰਿਤ ਛਕਾਉਣ ਵਿੱਚ ਪਿੱਛੇ ਕਿਸੇ ਨੂੰ ਡੱਕਦੀ ਹੈਗੀ ਆ? ਬਹੁਤ ਸਾਰੇ ਲੋਕ ਅੰਮ੍ਰਿਤ ਛਕਾ ਰਹੇ ਨੇ, ਢੱਡਰੀਆਂ ਵਾਲਾ, ਹਾਲਾਂਕਿ ਅਸੀਂ ਉਹਦੇ ਵਿਰੋਧੀ ਹਾਂ, ਪਰ ਉਹ ਲੱਖਾਂ ਨੂੰ ਅੰਮ੍ਰਿਤ ਛਕਾ ਰਿਹਾ। ਕਿੰਨੇ ਕੁ ਗ੍ਰਿਫਤਾਰ ਕਰ ਲਿਆ, ਹੋਰ ਟਕਸਾਲ ਅੰਮ੍ਰਿਤ ਛਕਾਉਂਦੀ ਆ, ਸ਼੍ਰੋਮਣੀ ਕਮੇਟੀ ਅੰਮ੍ਰਿਤ ਛਕਾਉਂਦੀ ਆ। ਦਬਾਬੀ ਤੇਰੀ ਬੱਚੀ ਦੇ ਨਾਲ ਬਲਾਤਕਾਰ ਕਰਾਂਗੇ, ਜੇ ਮੈਂ ਉਹਨੂੰ ਸਿੱਖਾਂ ਦੇ ਪਾਲੇ ਦੇ ਵਿੱਚ ਰੱਖ ਦਿੰਦਾ ਕਿ ਗੁਰੂ ਦੇ ਸਿੱਖਾਂ ਦੇ ਲਾਦਵਾਂ ਲੜ, ਤੇ ਫਿਰ ਤਾਂ ਮੈਂ ਗੁਰੂ ਦੇ ਸਿੱਖਾਂ ਦਾ ਦੁਖੀ ਹੋ ਗਿਆ ਨਾ। ਤੇ ਇਸ ਲਈ ਇਹ ਜਿਹੜੇ ਨੇ ਖਾਸ ਤੌਰ 'ਤੇ ਇਹ ਜਿਹੜੀ ਮੰਡੀਰ ਆ, ਇਹਨਾਂ ਨੂੰ ਸਿੱਖਾਂ ਤੋਂ ਪਾਸੇ ਰੱਖ ਕੇ ਗੱਲ ਕਰਨਾ ਬਹੁਤ ਜ਼ਰੂਰੀ ਆ ਜੀ, ਕਿਉਂਕਿ ਗੁਰੂ ਦੇ ਸਿੱਖ ਐਸੇ ਨਹੀਂ ਹੁੰਦੇ ਹੈਗੇ। ਗੁਰੂ ਦੇ ਸਿੱਖ ਤਾਂ ਉਹ ਨੇ ਜਿਹੜੇ ਪਠਾਣਾਂ ਦੀਆਂ ਬੱਚੀਆਂ ਨੂੰ ਵੀ ਅਤੇ ਰਾਜਪੂਤਾਂ ਦੀਆਂ ਬੱਚੀਆਂ ਨੂੰ ਵੀ ਸੁਰੱਖਿਅਤ ਉਹਨਾਂ ਦੇ ਘਰਾਂ ਤੱਕ ਛੱਡ ਕੇ ਆਉਂਦੇ ਨੇ, ਅਤੇ ਅਸੀਂ ਨਾ ਤਾਂ ਕਿੰਨੇ ਇਹਨਾਂ ਦੇ ਘਰ ਤੱਕ ਜਾਵਾਂਗੇ, ਨਾ ਤਾਂ ਇਹਨਾਂ ਦੀਆਂ ਬੱਚੀਆਂ ਤੱਕ ਜਾਵਾਂਗੇ। ਅਸੀਂ ਰੋਸ ਨਾ ਕੀਜੇ ਉੱਤਰ ਦੀਜੇ ਗੁਰੂ ਨਾਨਕ ਪਾਤਸ਼ਾਹ ਦਾ ਫਲਸਫਾ ਜੀ, ਅਸੀਂ ਉਸ ਫਲਸਫੇ 'ਤੇ ਖੜ੍ਹੇ ਹਾਂ, ਸਵਾਲ ਕਰਾਂਗੇ, ਜਾਇਜ਼ ਸਵਾਲ ਕਰਾਂਗੇ। ਜਿੱਥੇ ਸਾਡਾ ਕੋਈ ਸਵਾਲ ਜਾਂ ਸਾਡਾ ਕੋਈ ਐਵੀਡੈਂਸ ਦਿੱਤਾ ਹੋਇਆ ਗਲਤ ਸਾਬਤ ਹੁੰਦਾ, ਉੱਥੇ ਅਸੀਂ ਦੇਣਦਾਰ ਹਾਂ।